ਵੱਲੋਂ ਮੁੜ ਸੰਮਣ ਜਾਰੀ ਹੋਏ ਨੇ ਵੈਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਨੂੰ ਮੁੜ ਸੰਮਣ ਜਾਰੀ ਕੀਤੇ ਗਏ ਨੇ ਅੱਜ ਬਟਿੰਡਾ ਦੇ ਵੈਜੀਲੈਂਸ ਦਫ਼ਤਰ ਚੋਂ ਪੇਸ਼ ਹੋਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਪਲਾਟ ਖਰੀਦ ਮਾਮਲੇ ਨੂੰ ਲੈ ਕੇ ਪੁੱਛਗਿੱਛ ਹੋਏਗੀ ਪਲਾਟ ਖਰੀਦ ਦੇ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਮਨਪ੍ਰੀਤ ਬਾਦਲ ਤੋਂ ਵੈਜੀਲੈਂਸ ਪੁੱਛਗਿੱਛ ਕਰ ਚੁੱਕੀ ਹੈ ਤਾਂ ਦੱਸ ਜਾਈਏ ਕਿ ਇਸ ਕੇਸ ਵਿੱਚ ਨਾਮਜਦ ਸ਼ਰਾਬ ਕਾਰੋਬਾਰੀ ਅਤੇ ਸੀਏ ਨੂੰ ਪਹਿਲਾਂ ਹੀ ਇਸ ਕੇਸ ਵਿੱਚੋਂ ਨਾਮਜ਼ਦ ਕੀਤਾ ਗਿਆ ਸੀ ਪਰ ਉਹਨਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਤਾਂ ਸਥਾਨਕ ਅਦਾਲਤ ਨੇ ਸਿਰਫ ਸ਼ਰਾਬ ਕਾਰੋਬਾਰੀ ਅਤੇ ਸੀਏ ਨੂੰ ਜ਼ਮਾਨਤ ਦਿੱਤੀ ਜਦਕਿ ਬਾਕੀਆਂ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਦਾ ਦਾਵਾ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਮਨਪ੍ਰੀਤ ਬਾਦਲ ਨੇ ਪਲਾਟ ਦੀ ਬੋਲੀ ਸ਼ਰਾਬ ਕਾਰੋਬਾਰੀ ਜਗਨੂ ਦੇ ਦਫ਼ਤਰ ਤੋਂ ਸੰਜੀਵ ਕੁਮਾਰ ਨੂੰ ਦਿੱਤੀ ਸੀ ਸੰਜੀਵ ਕੁਮਾਰ ਸੀਏ ਹੈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਾਸ ਰਾਜੀਵ ਅਤੇ ਅਮਨਦੀਪ ਨੇ ਮੰਨਿਆ ਕਿ ਉਨ੍ਹਾਂ ਨੇ ਉਕਤ ठेकेदार ਦੇ ਕਹਿਣ ਤੇ ਕੀ ਸਾਫ ਕਾਮ ਮੰਤਰੀ ਦੇ 플ੌਟ ਦੀ ਬੋਲੀ ਕਰਵਾਈ ਸੀ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਸੀਏ ਸੰਜੀਵ ਕੁਮਾਰ ਦੀ ਵੀ ਸ਼ਮੂਲੀਅਤ ਦਾ ਦਾਵਾ ਕੀਤਾ ਗਿਆ ਤਾਂ ਦੱਸ ਜਾਈਏ ਕਿ ਬਠਿੰਡਾ ਵਿਜੀਲੈਂਸ ਨੇ ਇੱਕ ਵਾਰ ਬੜ ਤੋਂ ਬਨਪਿਤ ਬਾਦਲ ਨੂੰ ਸਮਰਜਰੀ ਕੀਤੇ ਨੇ ਤੇ ਇਹ ਵੀ ਕਿਹਾ ਗਿਆ ਕਿ ਜੋ ਡਾਕੂਮੈਂਟ ਉਹਨਾਂ ਦੇ ਕੋਲ ਮੌਜੂਦ ਹੈ ਉਹ ਲੈ ਕੇ ਪਹੁੰਚਣ ਤਾਂ ਬਠਿੰਡਾ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਬਨਪਿਤ ਬਾਦਲ ਪੇਸ਼ ਹੋਣਗੇ ਇਸ ਤੋਂ ਪਹਿਲਾਂ ਵੀ ਜਦੋਂ ਵਿਜੀਲੈਂਸ ਲਗਾਤਾਰ ਉਹਨਾਂ ਦੀ ਪਾਲ ਕਰ ਰਹੀ ਸੀ ਤਾਂ ਉਹ ਪੇਸ਼ ਹੋਏ ਸੀ ਪਰ ਉਹਨਾਂ ਨੇ ਆਪਣੇ ਲੱਕ ਤੇ 벨ਟ ਲਾਈ ਹੋਈ ਸੀ ਦੇਖੋਣ ਮਨਪ੍ਰੀਤ ਬਾਦਲ ਮੁਰਤੋ ਵਿਜੀਲੈਂਸ ਦੇ ਅੱਗੇ ਪੇਸ਼ ਹੋਣਗੇ ਮਾਮਲਾ 플ੌਟ ਖਰੀਦਦਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਹੈ ਤਦ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੁਰਤੋ ਸਮੰਹ ਜਾਰੀ ਹੋਏ ਨੇ ਤੇ ਹੁਣ ਵਿਜੀਲੈਂਸ ਦੇ ਸਾਹਮਣੇ ਮੁਰਤੋ ਪੇਸ਼ੀ ਹੋਏਗੀ ਤੇ ਪੇਸ਼ੀ ਦੇ ਦੌਰਾਨ ਕੁਝ ਡਾਕੂਮੈਂਟ ਲਿਆਉਣ ਦੇ ਲਈ ਵੀ ਕਿਹਾ ਗਿਆ